सत श्री अकाल जी, पंजाब टुडे देख रहे दर्शकों का एक बार फिर स्वागत है प्रोग्राम इतिहास की गल दे विच। सो अज है विज्ञान दे पक्षों महत्वपूर्ण दिन। अज दे दिन यानी कि 14 मार्च नूं दुनिया दे प्रसिद्ध विज्ञानी एल्बर्ट आइनस्टाइन का जन्म होया सी। एल्बर्ट आइनस्टाइन का जन्म 14 मार्च 1878 नूं जर्मनी विखे होया। उन्होंने कई खोजां कीतियां जिन्हां विच उन्हां दा सब तो मशहूर काम फोटो इलैक्ट्रिक इफेक्ट दे उत्ते सी, जिस कारण उन्हां नूं 1921 विच नोबल पुरस्कार भी मिलिया। उन्होंने स्पेशल ते जनरल थ्योरीज ऑफ रिलेटिविटी दे उत्ते भी काम किया। आइनस्टाइन दे पिता हरमन आइनस्टाइन एक सेल्समैन सन अते उन्हां दी माता घरेलू औरत सी। एल्बर्ट आइनस्टाइन धर्म पक्खों ज्यू सन। आइनस्टाइन ने लिखिया कि छोटे हुंदे जदों उन्होंने प्रकार नूं घुमदे देखिया तां उन्हां नूं इह हैरानी होई कि किस तरीके नाल सूई घुमा रही है। इन्हां उत्सुकतावां कारण ही उन्होंने विज्ञान की पढ़ाई करनी शुरू की। 1908 ਵਿੱਚ ਉਹਨਾਂ ਨੂੰ ਯੂਨੀਵਰਸਿਟੀ ਆਫ ਬਰਨ ਵਿੱਚ ਮੁੱਖ ਵਿਗਿਆਨੀ ਦੇ ਤੌਰ ਤੇ ਨਿਯੁਕਤ ਕੀਤਾ ਹੈ। 1911 ਵਿੱਚ ਉਹ ਚਾਰਲਸ ਫਰਨੈਂਡਸ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਦੇ ਤੌਰ ਤੇ ਨਿਯੁਕਤ ਹੋਏ। 1922 ਤੇ 1932 ਤੱਕ ਆਇਨਸਟਾਈਨ ਇੰਟਰਨੈਸ਼ਨਲ ਕਮੇਟੀ ਔਨ ਇੰਟੈਲੈਕਚੁਅਲ ਕੋਆਪਰੇਸ਼ਨ ਸੰਸਦ ਮੈਂਬਰ ਰਹੇ। 1933 ਵਿੱਚ ਉਹ ਅਮਰੀਕਾ ਦੇ ਵਿੱਚ ਪੱਕੇ ਤੌਰ ਤੇ ਚਲੇ ਗਏ, ਕਿਉਂਕਿ ਉਸ ਸਮੇਂ ਜਰਮਨੀ ਦੇ ਵਿੱਚ ਨਾਜ਼ੀ ਸਰਕਾਰ ਆ ਚੁੱਕੀ ਸੀ ਜੋ ਜਿਊ ਧਰਮ ਦੀ ਕੱਟੜ ਵਿਰੋਧੀ ਸੀ। ਦੂਜੀ ਵਿਸ਼ਵ ਜੰਗ ਸਮੇਂ ਐਲਬਰਟ ਆਇਨਸਟਾਈਨ ਨੇ ਐਟੋਮਿਕ ਬੰਬ ਬਣਾਉਣ ਲਈ ਵੀ ਅਮਰੀਕਾ ਦੀ ਮਦਦ ਕੀਤੀ। ਇਸ ਤੋਂ ਬਾਅਦ ਆਇਨਸਟਾਈਨ ਨੂੰ ਅਮਰੀਕਾ ਦੀ ਨਾਗਰਿਕਤਾ ਦੇ ਦਿੱਤੀ ਗਈ। 17 ਅਪ੍ਰੈਲ 1955 ਨੂੰ ਆਇਨਸਟਾਈਨ ਦੀ ਅੰਦਰੂਨੀ ਬਲੀਡਿੰਗ ਕਾਰਨ ਮੌਤ ਹੋ ਗਈ। ਪੋਸਟਮਾਰਟਮ ਕਰਦੇ ਹੋਏ ਉਸ ਸਮੇਂ ਦੇ ਡਾਕਟਰ ਨੇ ਆਇਨਸਟਾਈਨ ਦਾ ਦਿਮਾਗ ਸੰਭਾਲ ਕੇ ਰੱਖ ਲਿਆ ਤਾਂ ਜੋ ਅੱਗੇ ਜੇਕਰ ਕੋਈ ਇਹੋ ਜਿਹੀ ਟੈਕਨੋਲੋਜੀ ਆਵੇ ਜਿਸ ਨਾਲ ਇਹ ਪਤਾ ਲਗਾਇਆ ਜਾ ਸਕੇ ਕਿ ਆਇਨਸਟਾਈਨ ਦਾ ਦਿਮਾਗ ਇੰਨਾ ਤੇਜ਼ ਕਿਵੇਂ ਸੀ। ਆਇਨਸਟਾਈਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਮਾਣ ਸਨਮਾਨ ਮਿਲੇ ਹਨ। ਉਹਨਾਂ ਵਿੱਚੋਂ ਮੁੱਖ ਸਨਮਾਨ ਗਿਆਨ ਵਾਸਤੇ ਨੋਬਲ ਪੁਰਸਕਾਰ ਸੀ ਜੋ ਉਹਨਾਂ ਨੂੰ 1922 ਵਿੱਚ ਮਿਲਿਆ ਸੀ। ਦੂਜੇ ਪਾਸੇ ਮਿੰਨੀ ਆਇਨਸਟਾਈਨ ਕਹੇ ਜਾਣ ਵਾਲੇ ਵਿਗਿਆਨੀ ਸਟੀਫਨ ਹਾਕਿੰਗ ਅੱਜ ਦੇ ਦਿਨ ਜਾਣੇ ਕਿ 14 ਮਾਰਚ 2018 ਨੂੰ ਉਹਨਾਂ ਦੀ ਮੌਤ ਹੋ ਗਈ ਸੀ। ਸਟੀਫਨ ਹਾਕਿੰਗ ਦਾ ਜਨਮ 1942 ਵਿੱਚ ਇੰਗਲੈਂਡ ਵਿਖੇ ਹੋਇਆ ਸੀ। ਉਹਨਾਂ ਨੇ ਆਪਣੀ ਮੁੱਢਲੀ ਵਿੱਦਿਆ ਆਕਸਫੋਰਡ ਯੂਨੀਵਰਸਿਟੀ ਤੋਂ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਆਪਣੀ ਡਾਇਰੈਕਟੋਰੇਟ ਦੀ ਡਿਗਰੀ ਅਪਲਾਈਡ ਮੈਥਮੈਟਿਕਸ ਵਿੱਚ ਟ੍ਰਿਨਿਟੀ ਹਾਲ ਤੋਂ ਕਰੀ। 1963 ਵਿੱਚ ਹਾਕਿੰਗ ਇੱਕ ਬਿਮਾਰੀ ਨਾਲ ਪੀੜਿਤ ਹੋਏ ਜਿਸ ਕਾਰਨ ਉਹਨਾਂ ਨੂੰ ਪੈਰਾਲਾਈਸਿਸ ਹੋ ਗਿਆ। ਇਹਨਾਂ ਦਾ ਮੁੱਖ ਕੰਮ ਬਲੈਕ ਹੋਲ ਉੱਤੇ ਸੀ। ਇਸ ਵਿੱਚ ਉਹਨਾਂ ਨੇ ਕਿਹਾ ਕਿ ਧਰਤੀ 'ਤੇ ਕਈ ਅਜਿਹੀ ਐਨਰਜੀ ਹੈ ਜੋ ਨਾ ਦਿਖਦੀ ਹੈ ਪਰ ਉਹ ਵੀ ਧਰਤੀ ਨੂੰ ਚੁਣਾਉਣ ਵਿੱਚ ਮਦਦ ਕਰ ਰਹੀ ਹੈ। ਉਹਨਾਂ ਦੇ ਇਹਨਾਂ ਕੰਮਾਂ ਕਰਕੇ ਹਾਕਿੰਗ ਨੂੰ ਕਈ ਪੁਰਸਕਾਰ ਮਿਲੇ ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਆਇਨਸਟਾਈਨ ਮੈਡਲ, ਕੋਪਲੇ ਮੈਡਲ ਸਨ। 14 ਮਾਰਚ 2018 ਨੂੰ ਲੰਮੀ ਬਿਮਾਰੀ ਕਾਰਨ ਸਟੀਫਨ ਹਾਕਿੰਗ ਦਾ ਦੇਹਾਂਤ ਹੋ ਗਿਆ। ਅੱਜ ਇਹਨਾਂ ਦੋ ਮਸ਼ਹੂਰ ਵਿਗਿਆਨਿਕਾਂ ਨੂੰ ਦਮਨ ਕਰਦੇ ਹੋਏ ਇਹੀ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੋਕਾਂ ਦਾ ਮਨ ਵਿਗਿਆਨ ਵੱਲ ਜ਼ਿਆਦਾ ਹੋਵੇਗਾ ਅਤੇ ਅੰਧ ਵਿਸ਼ਵਾਸਾਂ ਤੋਂ ਪਰੇ ਹੋਵੇਗਾ। ਇਹੋ ਜਿਹੀ ਹੋਰ ਜ਼ਰੂਰੀ ਜਾਣਕਾਰੀ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਸੋ ਡੂ ਨਾਟ ਫੋਰਗੇਟ ਟੂ ਲਾਈਕ, ਕਮੈਂਟ, ਸਬਸਕ੍ਰਾਈਬ ਐਂਡ ਸ਼ੇਅਰ। ਸਤਿ ਸ਼੍ਰੀ ਅਕਾਲ।